ਡਾਕਟਰ ਨੂੰ ਲੁੱਟ ਕੇ ਲੈ ਗਏ ਬੀਪੀ ਚੈੱਕ ਕਰਵਾਉਣ ਆਏ ਮਰੀਜ਼, ਵਧਾ ਗਏ ਡਾਕਟਰ ਦੇ ਦਿਲ ਦੀਆਂ ਧੜਕਣਾਂ। ਤਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 3 ਮੋਟਰਸਾਈਕਲ ਸਵਾਰ ਡਾਕਟਰ ਦੇ ਕੋਲ ਆਉਂਦੇ ਨੇ, ਉਸ ਨੂੰ ਕਹਿੰਦੇ ਨੇ ਕਿ ਸਾਡਾ ਬੀਪੀ ਚੈੱਕ ਕਰ ਦਿਓ। ਡਾਕਟਰ ਆਪਣਾ ਕਲੀਨਿਕ ਬੰਦ ਕਰਕੇ ਘਰ ਜਾ ਹੀ ਰਿਹਾ ਹੁੰਦਾ ਹੈ ਕਿ ਦੁਬਾਰਾ ਸ਼ਟਰ ਖੋਲ੍ਹਦਾ ਹੈ, ਅੰਦਰ ਜਾਂਦਾ ਹੈ ਅਤੇ ਮਰੀਜ਼ਾਂ ਦੇ ਲਈ ਬੈਠਣ ਦੀ ਥਾਂ ਬਣਾਉਂਦਾ ਹੈ। ਜਿਵੇਂ ਹੀ ਆਪਣੀ ਕੁਰਸੀ ਦੇ ਵੱਲ ਜਾਣ ਲੱਗਦਾ ਹੈ ਡਾਕਟਰ, ਤਾਂ ਇਹ ਤਿੰਨੇ ਜਿਹੜੇ ਮਰੀਜ਼ ਨੇ, ਕਥਿਤ ਮਰੀਜ਼ ਨੇ, ਲੁਟੇਰੇ ਸਨ, ਇਹਨਾਂ ਦੇ ਵੱਲੋਂ ਕਾਪੇ ਦੇ ਨਾਲ ਡਾਕਟਰ 'ਤੇ ਵਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਗੱਲੇ ਦੇ ਵਿੱਚ ਪਏ, ਡਾਕਟਰ ਦੇ ਗੱਲੇ ਦੇ ਵਿੱਚ ਪਏ ਸਾਰੇ ਪੈਸੇ ਇਹ ਲੁੱਟ ਕੇ ਫਰਾਰ ਹੋ ਜਾਂਦੇ ਨੇ। ਅਤੇ ਡਾਕਟਰ ਦੇ ਹੱਥਾਂ ਦਾ ਹਾਲ ਵੇਖੋ ਕੀ ਹੋ ਗਿਆ, ਡਾਕਟਰ ਨੂੰ ਆਪਣੇ ਆਪ ਆਪਣੇ ਹੱਥਾਂ 'ਤੇ ਪੱਟੀਆਂ ਕਰਨੀਆਂ ਪਈਆਂ ਕਿਉਂਕਿ ਇਹ ਲੁਟੇਰੇ ਕਾਪੇ ਦੇ ਨਾਲ ਉਸਦੇ ਹੱਥਾਂ 'ਤੇ ਵਾਰ ਕਰ ਗਏ। ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਰੀਬ ਇਸ ਵਾਰਦਾਤ ਤੋਂ 3 ਘੰਟੇ ਪਹਿਲਾਂ 20,000 ਰੁਪਏ ਦੀ ਲੁੱਟ ਹੋਈ ਸੀ। ਹਾਲੇ ਉਹ ਮੋਟਰਸਾਈਕਲ ਸਵਾਰ ਲੁਟੇਰੇ ਕਾਬੂ ਨਹੀਂ ਆਏ ਕਿ ਪਹਿਲਾਂ ਇਹ ਲੁੱਟ ਨੂੰ ਅੰਜਾਮ ਦੇ ਦਿੱਤਾ ਗਿਆ। 3 ਮੋਟਰਸਾਈਕਲ ਸਵਾਰ ਆਉਂਦੇ ਨੇ, ਬੂੜਾ ਗੁੱਜਰ ਰੋਡ 'ਤੇ ਸਥਿਤ ਕਲੀਨਿਕ ਦੇ ਅੰਦਰ ਵੜਦੇ ਨੇ ਅਤੇ ਸ਼ਰੇਆਮ ਡਾਕਟਰ ਦੇ ਨਾਲ ਲੁੱਟ ਖੋਹ ਕਰਕੇ ਫਰਾਰ ਹੋ ਜਾਂਦੇ ਨੇ। ਆਓ ਡਾਕਟਰ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਕੀ ਹੋਇਆ ਸੀ ਉਹਨਾਂ ਦੇ ਨਾਲ, ਅਤੇ ਇਹਨਾਂ ਲੁਟੇਰਿਆਂ ਦਾ ਹੁਲੀਆ ਵੇਖਣ ਦੇ ਵਿੱਚ ਕਿਹੋ ਜਿਹਾ ਸੀ। ਅੱਜ ਮੈਂ ਆਪਣੇ ਕਲੀਨਿਕ 'ਤੇ 8:15 ਦੁਕਾਨ ਨੂੰ ਬੰਦ ਕਰਨ ਲੱਗਿਆ ਸੀਗਾ ਅਤੇ ਦੁਕਾਨ ਬੰਦ ਕੀਤੀ ਅਤੇ ਇੱਕ ਸ਼ਟਰ ਨੇ ਥੋੜ੍ਹਾ ਲਾਉਣਾ ਰਹਿੰਦਾ ਸੀਗਾ। ਦੋ ਬੰਦੇ ਅੰਦਰ ਆਏ, ਕਹਿੰਦੇ ਇੱਕ ਨਾ ਬੀਬੀ ਚੈੱਕ ਕਰਾਉਣਾ ਅਤੇ ਮੈਂ ਸੀਟ 'ਤੇ ਜਾਣ ਲੱਗਿਆ, ਉਹਨੇ ਮੈਨੂੰ ਗਲੇ ਫੜ ਕੇ ਸੀਟ ਕੁਰਸੀ 'ਤੇ ਧੱਕਾ ਮਾਰਿਆ, ਉੱਥੇ ਨੱਪ ਲਿਆ ਮੈਨੂੰ। ਦੂਜੇ ਬੰਦੇ ਨੇ ਕਾਪਾ ਕੱਢ ਲਿਆ, ਕਿਹਾ ਜੋ ਹੈਗਾ ਦੇ ਦੇ, ਅਤੇ ਉਹ ਗੱਲੇ 'ਚੋਂ ਜੋ ਸੀਗਾ 5-6 ਹਜ਼ਾਰ ਰੁਪਈਆ ਉਹ ਉਹਨਾਂ ਨੇ ਕੱਢ ਲਿਆ ਅਤੇ ਮੈਨੂੰ ਕਹਿੰਦਾ ਹੋਰ ਦੇ ਮੈਂ ਕਿਹਾ ਆਹ ਕੱਢ ਉਹ ਕੱਢ, ਧੱਕੇ ਮਾਰੀ ਗਏ ਮੈਨੂੰ। ਪਹਿਲਾਂ ਪੁੱਠੇ ਕਾਪੇ ਮਾਰੇ ਮੇਰੇ, ਫਿਰ ਸਿੱਧਾ ਕਾਪਾ ਮਾਰਿਆ ਇੱਥੇ ਮੇਰੇ, ਅਤੇ ਫਿਰ ਮੈਂ ਜੋ ਧੱਕਾ ਮਾਰਿਆ ਉਹ ਥੋੜ੍ਹਾ ਜਿਹਾ ਪਿਛਾਂ ਹੋ ਗਏ। ਫਿਰ ਮੈਂ ਧੱਕਾ ਮਾਰ ਕੇ ਉਹਨਾਂ ਨੂੰ, ਉਹ ਇੱਕ ਬੰਦਾ ਹੋਰ ਬਾਹਰ ਸੀ ਇਹਨਾਂ ਦਾ, ਉਹਨੇ ਸ਼ਟਰ ਬੰਦ ਕਰਤਾ। ਮੈਂ ਫਿਰ ਮੇਰੇ ਨਾਲ ਵੱਖੀ ਹੋਈ ਗਏ, ਫਿਰ ਮੈਂ ਧੱਕਾ ਮਾਰਿਆ ਉਹਨਾਂ ਨੂੰ, ਫਿਰ ਮੈਂ ਧੱਕਾ ਮਾਰ ਕੇ ਫਿਰ ਮੈਂ ਘਰ, ਸਾਡਾ ਘਰ ਵਿੱਚ ਹੀ ਹੈ, ਉਹ ਘਰ 'ਚ ਭੱਜ ਗਿਆ, ਫਿਰ ਉਹ ਸੜਕ ਹੋ ਕੇ ਭੱਜ ਗਈ। ਡਾਕਟਰ ਸਾਹਿਬ ਕਿੰਨਾ ਲੈ ਗਏ ਹੈਗੇ, ਕੁਛ ਕੈਸ਼ ਜਾਂ ਕੁਛ ਕੀ ਹੋਰ ਲੈ ਗਏ ਹੈਗੇ? ਫਿਲਹਾਲ ਤਾਂ ਮੈਨੂੰ ਜਿਹੜਾ ਗੱਲੇ 5-6 ਹਜ਼ਾਰ ਰੁਪਇਆ ਸੀ ਉਹੀ ਲੈ ਗਏ, ਬਾਕੀ ਕੋਈ ਧਿਆਨ ਨਹੀਂ ਹਾਲੇ, ਬਾਕੀ ਮੈਨੂੰ ਜਾ ਕੇ ਪਤਾ ਲੱਗੂਗਾ। ਸਰ ਸੱਟ ਕਿੱਥੇ ਲੱਗੀ ਡਾਕਟਰ ਸਾਹਿਬ? ਕਾਪਾ ਵੱਜਿਆ ਮੇਰੇ ਜੀ, ਇੱਥੇ ਮੂੰਹ 'ਤੇ ਥੱਪੜ ਥੱਪੜ ਮਾਰੇ ਨੇ, ਪੁੱਠੇ ਕਾਪੇ ਮਾਰੇ ਮੇਰੇ। ਓਕੇ, ਕੋਈ ਮੇਜਰ ਇੰਜਰੀ ਵਗੈਰਾ ਕੋਈ ਦੱਸੇ ਡਾਕਟਰ? ਕਾਪਾ ਵੱਜਿਆ। ਓਕੇ ਓਕੇ।